ਸਾਧਸੰਗਤ ਦੇ ਵਿੱਚੋਂ ਸਾਧਸੰਗਤ ਨੂੰ ਹੀ ਕੋਈ ਇਲਜ਼ਾਮ ਲਾਉਂਦੇ ਆ। ਇਹ ਬੜੀ ਸ਼ਰਮਨਾਕ ਗੱਲ ਹੈ। ਅਗਰ ਸਾਧਸੰਗਤ ਨੂੰ ਤੁਸੀਂ ਕੋਈ ਇਲਜ਼ਾਮ ਲਾਓਗੇ ਤੁਹਾਨੂੰ ਅੱਗੇ ਵਾਸਤੇ ਕੋਈ ਨਹੀਂ ਵਰਗੇ, ਤੁਹਾਨੂੰ ਕੋਈ ਸਾਧੂ ਨਹੀਂ ਸਮਝੇ। ਬੜੀ ਸ਼ਰਮਨਾਕ ਗੱਲ ਹੈ। ਇਹ ਬੱਕਰ ਜਿਹੜੇ ਹੈ ਸਰਦੀ ਘੰਟੀ ਹਰ ਇੱਕ ਆਉਂਦੀ ਹੈ, ਦੇਸ਼ਾਂ ਵਾਸਤੇ ਸਰਦੀ ਨਹੀਂ ਰਹਿੰਦੀ, ਦੇਸ਼ਾਂ ਵਾਸਤੇ ਸਰਦੀ ਨਹੀਂ ਰਹਿੰਦੀ। ਬੜੇ ਬੜੇ ਰਿਸ਼ੀ ਮੁਨੀ ਆਏ, ਅਵਤਾਰ ਆਏ, ਔਰੀਏ ਪੈਗੰਬਰ ਆਏ, ਉਹਨਾਂ ਭਾਣਾ ਮੰਨਿਆ ਪਰਮਾਤਮਾ ਦਾ। ਜਦੋਂ ਅਸੀਂ ਭਾਣਾ ਮੰਨਦੇ ਨੇ ਅਸੀਂ ਗੁਰਮੁਖ ਕਰਦੇ ਹਾਂ, ਅਸੀਂ ਸਤੰਗੀ ਕਰਦੇ ਹਾਂ, ਅਸੀਂ ਇੱਥੇ ਡੇਰੇ ਵਿੱਚ ਬਹੁਤ ਸਾਰੇ ਬੰਦਿਆਂ ਦੇ ਲੱਖਾਂ ਰੁਪਏ ਲਾ ਕੇ ਅਸੀਂ ਪ੍ਰਸ਼ਨ ਕਰਾਏ, ਉਹਨਾਂ ਨੂੰ ਤਿੰਨ ਜਾਤੇ ਦਿੱਤੇ ਹੈ, ਤਿੰਨ ਚੜੀਆਂ ਦਿੱਤੀਆਂ, ਲੱਖਾਂ ਰੁਪਏ ਲਾਏ, ਸਿਰਫ ਡੇਰੇ ਵਿੱਚ ਨਹੀਂ ਅਸੀਂ ਹੋਰ ਜਿਹੜੇ ਫਾਲਤੂ ਬੰਦੇ ਜਿਹੜੇ ਵਾਕਫ ਸਨ ਅਸੀਂ ਉਹਨਾਂ ਦੀ ਵੀ ਮਦਦ ਕੀਤੀ ਹੈ, ਔਰ ਲੱਖਾਂ ਰੁਪਏ ਲਾ ਕੇ ਉਹਨਾਂ ਦੇ ਅਸੀਂ ਪ੍ਰਸ਼ਨ ਕਰਾ ਕੇ ਮਾਰਨ ਦੀ ਮੌਜ ਨਾਲ ਉਹ ਕੀਤਾ ਗਿਆ। ਉਹਨਾਂ ਨੂੰ ਕਿਸੇ ਜਾਦੂ ਨਹੀਂ ਦਿੱਤੇ। ਅਸੀਂ ਇੱਕ ਚੰਗੇ ਭਲੇ ਬੰਦਿਆਂ ਨੂੰ ਬਦਨਾਮ ਕਰੀਏ, ਅਸੀਂ ਕਿੱਥੋਂ ਦਾ ਭਲੇ ਬਣ ਰਹੇ, ਫਿਰ ਅਸੀਂ ਪ੍ਰੇਮੀ ਬਣਦੇ ਹਾਂ। ਇਹਨੂੰ ਪ੍ਰੇਮ ਨਹੀਂ ਲੋਕੀ ਕਹਿੰਦੇ, ਇਹਨੂੰ ਨੀ ਪ੍ਰੇਮ ਕਹਿੰਦੇ। ਪ੍ਰੇਮੀ ਜਿਹੜੇ ਹੁੰਦੇ ਹੈ ਉਹ ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਉਹ ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਅਸੀਂ ਇੱਕ ਦੂਸਰੇ ਨੂੰ ਕਹਿੰਦੇ ਹਾਂ ਫਲਾਣੇ ਨੇ ਇਹ ਕਰਦਾ, ਫਲਾਣੇ ਨੇ ਕੱਚ ਕੀਤਾ ਹੋਣਾ, ਫਲਾਣੇ ਨੇ ਆ ਕੁਛ ਕੀਤਾ ਹੋਣਾ। ਕੌਣ ਕਰਨ ਵਾਲਾ ਕਿਸੇ ਨੂੰ, ਕੌਣ ਉਸ ਪਰਮਾਤਮਾ ਤੋਂ ਵੱਧ ਕਿਹੜਾ ਹੈਗਾ, ਕੀ ਕਰ ਸਕਦਾ ਕੋਈ? ਨਾ ਸਾਨੂੰ ਕਿਸੇ ਜਾਦੂ ਦਿੱਤੇ, ਨਾ ਕਿਸੇ ਜੜੀਆਂ ਦਿੱਤੀਆਂ ਨੇ, ਨਾ ਅਸੀਂ ਖਾਧੀਆਂ ਨੇ, ਅਤੇ ਨਾ ਸਾਨੂੰ ਅਸਰ ਹੁੰਦਾ ਹੈ। ਸਾਨੂੰ ਜੋ ਬਾਬੇ ਦੀ ਮੌਜ ਹੈ ਅਸੀਂ ਉਸ ਨੂੰ ਮੰਨਣਾ, ਜੋ ਉਹਦੀ ਮੌਜ ਹੈ ਠੀਕ ਹੈ, ਜੋ ਉਹਨੇ ਕਰਨਾ ਕਰੇ, ਸਰੀਰ ਉਹਨਾਂ ਦਾ ਹੈਗਾ। ਅਸੀਂ ਇੱਕ ਦੂਸਰੇ ਨੂੰ ਲਾਂਘੇ ਦਿੰਦੇ ਹਾਂ, ਇੱਕ ਦੂਸਰੇ ਨੂੰ ਚੰਗੇ ਭਲੇ ਬੰਦਿਆਂ ਦਾ ਅਸੀਂ ਬਦਨਾਮ ਕਰਾਂਗੇ, ਉਹ ਸਾਡੇ ਕੋਲ ਕਿੱਦਾਂ ਆਉਣਗੇ? ਸੰਗਤ ਵਧਣੀ ਚਾਹੀਦੀ ਹੈ ਕਿ ਘਟਣੀ ਚਾਹੀਦੀ ਹੈ? ਜਿਹਨੂੰ ਅਸੀਂ ਭੈੜਾ ਲਾਭ ਕਰਾਂਗੇ ਉਹ ਸਾਡੇ ਕੋਲ ਆਓ ਕਰਦੇ। ਇਹ ਸਾਨੂੰ ਸ਼ਰਮ ਹੋਣੀ ਚਾਹੀਦੀ ਇਸ ਗੱਲ ਦੀ, ਅਸੀਂ ਸਤੰਗੀ ਹੋ ਕੇ ਪ੍ਰੇਮੀ ਬਣ ਕੇ ਇੱਕ ਦੂਸਰੇ ਨੂੰ ਅਸੀਂ ਇਲਜ਼ਾਮ ਲਾਈਏ ਕਿ ਫਲਾਣੇ ਨੇ ਕੀ ਦਿੱਤਾ, ਕੀ ਦਿੱਤਾ ਕੋਈ? ਸਾਡੇ ਨਾਲ ਪੰਦਰਾਂ ਵੀਹ ਬਣੇ ਹੋਏ ਹੋਈ ਕਿ ਦਿੱਤਾ ਕਰਦੀ, ਕੁਛ ਨਹੀਂ ਹੋਇਆ ਹੈ, ਰੋਟੀ ਖਾਧੀ, ਸਭ ਕੁਛ ਹੋਇਆ ਹੈ। ਅੱਗੇ ਵਾਸਤੇ ਘਰੋਂ ਨਹੀਂ ਬਣਨ ਦੇਣ ਲੱਗਾ ਕੋਈ। ਅਗਰ ਇਹ ਮਾਹੌਲ ਰੱਖਿਆ ਤੁਸੀਂ, ਇਹ ਤੁਸੀਂ ਆਪਣੇ ਲਫ਼ਜ਼ ਦੇ ਵਾਪਸ ਨਹੀਂ ਲਏ, ਇਸ ਵਾਸਤੇ ਨਾ ਅਸੀਂ ਤੁਹਾਨੂੰ ਕਿਤੇ ਦੇਵਾਂਗੇ,
ਅਸਲ ਦਿਨ ਆ ਜਾਣੇ ਕੋਈ ਗੱਲ ਨਹੀਂ ਹੈਗੀ। ਇਹ ਕਿਹੜੀ ਗੱਲ ਹੈਗੀ? ਨਾ ਅਸੀਂ ਦੇਵਾਂਗੇ, ਨਾ ਕਿਸੇ ਦੇ ਘਰ ਦੇਵਾਂਗੇ, ਨਾ ਤੁਹਾਨੂੰ ਪਰੌਂਠੇ ਮਿਲਣੇ। ਜਦੋਂ ਮੰਗੀਏ ਨਾ ਮੁੜ ਕੇ ਜਿੰਦੇ ਕੀਤੇ ਹੈਗੇ
ਕਰਦਾ ਸੀ ਕਿ ਉਹ ਸ਼ੁਰੂ ਦੀ ਕਰ ਸਕਦਾ ਹੈ, ਉਹ ਨਹੀਂ ਕੁਝ ਕਰ ਸਕਦਾ। ਮਗਰ ਨਹੀਂ, ਉਹਨਾਂ ਈਸ਼ਵਰ ਦਾ ਭਾਣਾ ਮੰਨਿਆ ਕਿ ਜੋ ਤੇਰੀ ਮੌਤ ਹੈ ਠੀਕ ਹੈ। ਤੁਹਾਨੂੰ ਪਹਿਲਾਂ ਪੁੱਛਣਾ ਹੈ ਕਿਉਂਕਿ ਮੂੰਹ ਅੱਡ ਕੀਤਾ ਹੈ ਕਿਸੇ ਨੂੰ
ਕਰਨਾ, ਜਿਹਨਾਂ ਨੂੰ ਅਸੀਂ ਸੈੱਟ ਕਰਨਾ ਮੁਸ਼ਕਿਲ ਕਿਹਨਾਂ ਸੈੱਟ ਕਰਨਾ ਹੈ ਜਦੋਂ ਲੱਖਾਂ ਦੇ ਪਰਮਾਰਥ ਲੈਂਦੇ ਹੋਣ, ਪਰਮਾਰਥ ਲਿਆਉਂਦੇ ਹੋਣ। ਅਗਰ ਅਸੀਂ ਉਹਨਾਂ ਨੂੰ ਪੂਰਾ ਕਹੀਏ ਅਸੀਂ ਕਿ ਖੁਦ ਚੰਗੇ ਆ, ਸਾਨੂੰ ਕੌਣ ਚੰਗਾ ਕਹੇ? ਬਹੁਤ ਗਲਤ ਗੱਲ ਹੈ। ਅੱਜ ਤੋਂ ਲੈ ਕੇ ਆਪਣੇ ਆਪ ਨੂੰ ਸੋਚ ਲਓ ਕਿ ਕੋਈ ਵੀ ਕਿਸੇ ਨੂੰ ਬੁਰਾ ਨਾ ਕਹੇ। ਸਾਧ ਸੰਗਤ ਹੈ, ਜਿਹਦੇ 'ਚ ਪਿਆਰ ਹੈ, ਅਸੀਂ ਉਹਨਾਂ ਦੇ ਪਿਆਰ ਦਾ ਕਦਰ ਕਰਨਾ, ਆਏ ਨਾਲ ਪਿਆਰ ਕਰਨਾ, ਤਾਂ ਕਿ ਇੱਕ ਬੰਦਾ ਜੋ ਵਧੀਆ ਹੋ ਜਾਵੇ। ਉਹਦੀ ਕਾਠ ਵਿਗਾੜਿਆ, ਉਹਦੀ ਤੋਂ ਬੰਦਾ ਬੰਦਾ ਰਹਿ ਜਾਂਦਾ। ਉਹਦੀ ਕਾਠ ਵਿਗਾੜਿਆ, ਉਹਦੀ ਨੂੰ ਪਤਾ ਦੋਵੇਂ ਭਾਈ ਮਰ ਗਏ ਜਾਨਵਰ ਦੇ ਪਤਾ। ਉਹਦੀ ਨੇ ਕਾਠ ਵਿਗਾੜਿਆ, ਦੋਵੇਂ ਮਰ ਗਏ। ਉਹਨਾਂ ਦੀ ਮਾਤਾ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਪਾਤਸ਼ਾਹ ਦੇ ਨਾਂ ਦਾ ਅਸਰ ਨਾ ਲਾਓ, ਜਿੰਨਾ ਕਹਿੰਦੇ ਮੰਨ ਲਓ, ਨਹੀਂ ਮੰਨਿਆ ਕੀ ਲਿਆ ਕਰ। ਇਸ ਵਾਸਤੇ ਸਾਨੂੰ ਹੋਰ ਸਾਡੀ ਜਗ੍ਹਾ ਤੋਂ ਸਾਡੇ ਫੋਨ ਆ ਰਹੇ ਸੀ ਤੇ ਤੁਸੀਂ ਬੋਲਦੇ ਨੀ, ਮੈਂ ਕਿਹਾ ਵੀ ਵਿਵਾਦ ਮੇਰੇ ਕੋਲ ਹੁੰਦਾ ਨੀ ਤੇ ਬੋਲਣਾ ਬਹੁਤ ਬੋਲਾਂ ਕਰ। ਮੇਰੀ ਜਵਾਨ ਵਾਲੀ ਪੱਗ ਨਹੀਂ ਹੋਈ ਹੈ ਜੀ, ਨਾ ਪਰਮਾਤਮਾ ਕਰੇ ਤੇ ਨਾ ਹੀ ਹੋਣੀ ਹੈ। ਸੰਗ ਦੇ ਕੀ ਗੱਲ ਹੈ ਜੀ, ਕੋਈ ਗੱਲ ਨਹੀਂ, ਅਸੀਂ ਆ ਹੀ ਜਾਣਾ, ਬੋਲਣਾ ਹੀ ਹੈ। ਬਾਹਰੋਂ ਕਈ ਫੋਨ ਆ ਰਹੇ, ਇਹਨਾਂ ਨੂੰ ਕਿਸੇ ਨੇ ਜਾ ਕੇ ਸ਼ੱਕ ਪਾਇਆ, ਜੋ ਬੋਲਦੇ ਨਹੀਂ ਹੈ ਜੀ। ਸਾਰੀ ਫੋਨ ਕੀਤੇ ਨਾਲ ਤੂੰ ਕੌਣ ਹੈ, ਤੂੰ ਕੌਣ ਬੋਲਦਾ? ਅਸਲ ਨਾ ਬੋਲ ਤਾਂ ਕੀ ਕਹਿਣਾ ਜੀ, ਨਹੀਂ ਬਣਾਉਣਾ ਤੂੰ ਤੱਕ ਕੀ ਕਹਿਣਾ, ਮੈਂ ਬੋਲਣ ਡਿਆ। ਤੂੰ ਪੁੱਛ ਮੇਰੇ ਕੋਲ ਪੁੱਛਣਾ ਕਰੋ, ਕਰ ਗੱਲ ਮੈਂ ਨਾ ਜਿਹੜੀ ਕਰੀ ਤੇਰੇ ਬਜ਼ਰ ਮੁੱਖ ਤੇਰੇ ਚੱਪੜਿਆ ਤੇ ਨਹੀਂ ਬੋਲਿਆ, ਕਿਸੇ ਨੇ ਜਾ ਕੇ ਕਿਹਾ ਕਿ ਬੋਲਦੀ ਨਹੀਂ ਹੈ, ਆਪਣੇ ਕੋਲ ਬੋਲਦਾ ਨਹੀਂ ਹੁੰਦਾ। ਬੋਲਣ ਚਾਹੁੰਦਾ ਹੁੰਦਾ ਮੈਂ ਬੋਲਦਾ, ਬੋਲਣ ਚਾਹੁੰਦਾ ਹੁੰਦਾ ਮੈਂ ਨਹੀਂ ਬੋਲਦਾ ਰਹਾ, ਮੈਂ ਕਬਲ ਬਹੁਤ ਕਰਦਾ ਰਹਾਂ। ਬਿਨਾਂ ਮਿਲਾਏ ਜਿਹੜਾ ਬੋਲਦਾ ਬੋਲਦੀ ਨਹੀਂ ਪੈਂਦੀ, ਬਿਨਾਂ ਮਿਲਾਏ ਬੋਲਦਾ ਜਿਹੜਾ ਬੋਲਦੀ ਨਹੀਂ ਪੈਂਦੀ। ਚਲੋ ਰਾਜਾ ਨਾ ਕੋਈ ਪੁੱਛਿਆ ਨਾ ਮੰਗਿਆ, ਐਵੇਂ ਬੋਲੀ ਜਾਵੇ। ਬਾਕੀ ਇਹ ਅੱਗੇ ਵਾਸਤੇ ਧਿਆਨ ਰੱਖੋ, ਕੋਈ ਕਿਸੇ ਨੂੰ ਬੁਰਾ ਨਾ ਕਹੋ। ਅਗਰ ਜੇ ਕਿਸੇ ਪਾਸੋਂ ਗਲਤੀ ਹੋ ਗਈ ਹੈ ਤੇ ਉਹਨੂੰ ਚਾਹੀਦਾ ਆਪਣੀ ਗਲਤੀ ਜਿਹੜੀ ਹੈ ਉਹ ਜਿਹਨੂੰ ਜਿਹਦੇ ਨਾਲ ਕੀਤੀ ਹੈ ਉਹਨੂੰ ਕੋਲੋਂ ਮਾਫ਼ੀ ਨਾ ਲੈਣੀ ਚਾਹੀਦੀ, ਮਾਫ਼ੀ ਨਾ ਲੈਣੀ ਚਾਹੀਦੀ ਹੈ। ਮੇਰੇ ਕੋਲ ਗਲਤੀ ਹੋ ਗਈ ਹੈ, ਤੁਸੀਂ ਐਸੇ ਨਹੀਂ ਆਏ। ਅੱਗੇ ਵਾਸਤੇ ਧਿਆਨ ਰੱਖਣਾ, ਕੋਈ ਕਿਸੇ ਨੂੰ ਕਹਿਣਾ ਨਹੀਂ, ਔਰ ਮੈਂ ਪਹਿਲਾਂ ਹੀ ਕਹਿ ਦਿੱਤਾ ਹੈ, ਚਾਹੇ ਸਾਡੇ ਤੇਰੇ ਵਿੱਚ ਹੋਵੇ, ਚਾਹੇ ਕੋਈ ਬਾਹਰੋਂ ਆਵੇ, ਚਾਹੇ ਕੋਈ ਹੋਰ ਕਿਸੇ ਵੀ ਆ ਜਾਵੇ,
अगर कोई सोनो गर्द आएगा या गर्द कोई गल कर तो जी वो गल को मानना किसी सतगुर से कोई बात रखो ਉਹਦੀਆਂ ਖੁਸ਼ੀਆਂ ਨੇ ਤੁਸੀਂ ਕਹਿੰਦੇ ਹੋ ਕਿ ਹੋਟਲ ਮੈਂ ਛੰਦ ਲੈ ਲਏ ਮੈਂ ਤੇ ਮੌਜ ਲੈ ਰਹੇ ਸਾਲਾਂ ਦੇ ਬਾਅਦ ਮਿਲੀ ਹੈ ਕਿੰਨਾ ਸਾਲਾਂ ਦੇ ਬਾਅਦ ਮੈਂ ਮੌਜ ਲੈ ਰਿਹਾ ਮੈਂ ਤੋਂ ਲੱਭਣਾ ਨਾ ਮਾਰ ਤੋਂ ਨਾ ਬੋਲੋ ਮੇਰੇ ਵਾਲੇ ਸਾਧੂ ਨੇ ਇਹਨਾਂ ਬਣਾਉਣਾ ਕੁਝ ਨਹੀਂ
ਮੰਗਦੇ ਜਿਹਨਾਂ ਜਿਹੜਾ ਕਿਸੇ ਕੋਲ ਨਹੀਂ ਇਸ ਚੀਜ਼ਾਂ ਉਹ ਸਾਡੇ ਕੋਲ ਹੈ ਜੀ। ਜਿੰਨੀ ਮਸ਼ੀਨਰੀ ਮੇਰੇ ਕੋਲ ਹੈ ਮੇਰੇ ਵਿੱਚ ਹੈਗੀ ਹੈ, ਜਿੰਨੀ ਕਿਸੇ ਕੋਲ ਨਹੀਂ ਹੈ, ਸਭ ਕੁਛ ਹੈਗਾ। ਸਾਮਾਨ ਕਮਾਨ ਤੇ ਸਨ, ਅਸੀਂ ਕਿਹੜਾ ਤੇਰੇ ਕਮਾਓ ਤੇ ਖਾਓ, ਨਾ ਤੁਸੀਂ ਕੁਝ ਲੈਣਾ ਨਾ ਕੁਝ, ਨਾ ਕੁਝ ਤੁਸੀਂ ਖਰੀਦਣਾ ਹੈਗਾ। ਖਰੀਦਣ ਦੀ ਲੋੜ ਹੀ ਇਹ ਕੰਮ ਲਾਓ ਤੇ ਤੁਸੀਂ ਬੜੇ ਬਹਾਦਰ ਮੈਂ ਸਮਝਾ ਕਰਕੇ ਬਹੁਤ ਜਿਹਨਾਂ ਨੇ ਬਣੀ ਹੋਈ ਚੀਜ਼ ਨੂੰ ਸਮਝਿਆ ਔਰ ਆਪਣੇ ਸਮੇਂ ਜ਼ਿਆਦਾ ਪਹੁੰਚਾ ਰਹੇ ਨੇ ਭਜਨ ਵੀ ਕਰਾ ਕਰਨਾ ਹੁੰਦਾ ਹੈ।